ਅਸੀਂ ਇਹ ਤੱਥ ਕੱਢਿਆ ਵੀ ਜਿਹੜੇ ਮਨੋਰਥ ਨੂੰ ਲੈ ਕੇ ਅਸੀਂ ਚੱਲੇ ਸੀ ਮੁੱਖ ਤੌਰ 'ਤੇ, ਅਸੀਂ ਖੇਤੀ ਨੀਤੀ, ਕਿਸਾਨ ਮਜ਼ਦੂਰ ਵਾਤਾਵਰਨ ਸੰਬੰਧੀ ਖੇਤੀ ਨੀਤੀ ਇੰਟਰੋਡਿਊਸ ਕਰਨ ਦੀ ਖਾਤਰ ਸੈਸ਼ਨ ਦੌਰਾਨ ਅਸੀਂ ਆਏ ਸੀ। ਉਹਦੇ ਵਿੱਚ ਇਹ ਸੀ ਵੀ ਇਹਦੇ ਨਾਲ ਅਸੀਂ ਚੰਡੀਗੜ੍ਹ ਦੇ ਵਿੱਚ ਪੜਾਅ ਲਾਵਾਂਗੇ, ਸੈਸ਼ਨ ਵੱਲ ਮਾਰਚ ਕਰਾਂਗੇ ਵਿਧਾਨ ਸਭਾ ਸੈਸ਼ਨ ਵੱਲ, ਅਤੇ ਉੱਥੇ ਮੰਗ ਪੱਤਰ ਇੰਟਰੋਡਿਊਸ ਕਰਾਂਗੇ। ਮੰਗ ਪੱਤਰ 'ਤੇ ਖੇਤੀ ਨੀਤੀ ਦੀ ਸਰਕਾਰ ਨੂੰ, ਖੇਤੀ ਨੀਤੀ ਦਾ ਕੀ ਬਣਾਉਂਦੀ ਹੈ ਸਰਕਾਰ, ਉਹਦੇ ਵਾਸਤੇ ਪ੍ਰੈਸ਼ਰ ਪਾਵਾਂ। ਇਹ ਮਨੋਰਥ ਤਕਰੀਬਨ ਅਸੀਂ ਪੂਰਾ ਕਰ ਲਿਆ। ਅਸੀਂ ਇਸ ਗੱਲ 'ਤੇ ਸੀ ਐੱਮ ਨਾਲ ਕੱਲ੍ਹ ਮੀਟਿੰਗ ਹੋਈ ਹੈ, 2.5-3 ਘੰਟੇ ਮੀਟਿੰਗ ਚੱਲੀ ਹੈ। ਉਹਨਾਂ ਨੂੰ ਅਸੀਂ ਇਹ ਤੋਂ ਕਢਵਾ ਲਈ ਗੱਲ ਵੀ ਜਿਹੜਾ ਖੇਤੀ ਨੀਤੀ ਤੁਸੀਂ ਤਿਆਰ ਕੀਤੀ ਹੈ ਉਹਨੂੰ ਜਨਤਕ ਕਿਉਂ ਨਹੀਂ ਕਰ ਰਹੇ। ਉਹ ਕਹਿੰਦੇ ਵੀ ਅਜੇ ਸਾਡੀ ਉਹ ਮੁਕੰਮਲ ਨਹੀਂ ਹੋਈ, 1600 ਪੇਜਾਂ ਦੀ ਉਹ ਖੇਤੀ ਨੀਤੀ ਹੈ, 30 ਸਤੰਬਰ ਤੱਕ ਅਸੀਂ ਉਹਨੂੰ ਆਪਦੇ ਮਾਹਰਾਂ ਨਾਲ ਰਾਏ ਕਰਕੇ ਫਾਈਨਲ ਰੂਪ ਦੇ ਕੇ ਤੁਹਾਨੂੰ ਕਾਪੀ ਦੇ ਦਾਂਗੇ। ਇਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ। ਅਸੀਂ ਫਿਰ ਇੱਥੇ ਜਿਹੜੀ ਮੀਟਿੰਗ ਦੇ ਵਿੱਚ ਉਹ ਜਿਹੜੀਆਂ ਕੁਛ ਉਹਦੇ 20-22 ਮੰਗਾਂ ਆਈਆਂ ਹੋਈਆਂ ਨੇ ਜਿਹੜੀਆਂ ਉਹ ਖੇਤੀ ਨੀਤੀ ਦੇ ਵਿੱਚ ਹੀ ਐਡ ਨੇ, ਉਹਨਾਂ 'ਤੇ ਵੀ ਚਰਚਾ ਹੋਈ ਹੈ। ਅਸੀਂ ਉਹ ਦੇਣ ਲੈਣ ਦੇ ਜਿੰਨੀ ਵਾਅਦੇ ਵੀ ਕੀਤੇ ਨੇ ਉਹਨਾਂ ਦੇ ਵਿੱਚ ਫਸਲੀ ਮਾਰ, ਪਸ਼ੂਆਂ ਦੀ ਮਾਰ ਵਗੈਰਾ ਦੇ, ਉਹ ਅੱਡ ਗੱਲਾਂ ਨੇ, ਛੋਟੀਆਂ ਗੱਲਾਂ ਨੇ। ਅਤੇ ਅਸੀਂ ਸਮਝਦੇ ਹਾਂ ਵੀ ਜਿਹੜੀ ਉਹ ਵੱਡਾ ਮਨੋਰਥ ਸੀ ਅਸੀਂ ਆਪਦਾ ਉਹਨੂੰ ਅਸੀਂ ਸਿਰੇ ਲਾ ਲਿਆ। ਅਸੀਂ ਨੇ ਜੇ ਸਰਕਾਰ ਨਾਲ ਸ਼ਾਇਦ ਗੱਲ ਹੁੰਦੀ ਫਿਰ ਸਾਨੂੰ ਕੋਈ ਪ੍ਰੋਗਰਾਮ ਇੱਥੋਂ ਦੇਣਾ ਪੈਣਾ ਸੀ। ਇਸ ਕਰਕੇ ਸਾਡੀ ਇਹ ਮਜਬੂਰੀ ਬਣ ਗਈ ਵੀ 30 ਤਰੀਕ ਤੱਕ ਅਸੀਂ ਸਰਕਾਰ ਦੇ ਉਸ ਵਾਅਦੇ ਮੁਤਾਬਕ ਉਸ ਖੇਤੀ ਨੀਤੀ ਦੀ ਦਸਤਾਵੇਜ਼ ਨੂੰ ਉਡੀਕਾਂਗੇ, ਅਤੇ 30 ਤੱਕ ਜੇ ਸਾਨੂੰ ਨਾ ਆਇਆ ਸਾਡੇ ਕੋਲ ਉਹ ਇਹਨਾਂ ਦਾ ਖੇਤੀ ਨੀਤੀ ਦਾ ਦਸਤਾਵੇਜ਼ ਨਾ ਪਹੁੰਚੀ ਫਿਰ ਅਸੀਂ ਵੱਡੀ ਮੀਟਿੰਗ ਕਰਕੇ ਇੱਕ ਵੱਡਾ ਐਕਸ਼ਨ, ਇਹ ਤੋਂ ਵੀ ਸਖ਼ਤ ਐਕਸ਼ਨ ਅਗਲਾ ਪੰਜਾਬ ਪੱਧਰ 'ਤੇ ਹੋਰ ਦੇਣਾ। ਹੁਣ ਵਾਪਸ ਜਾ ਰਹੇ ਹੋ? ਅੱਜ ਅਸੀਂ 2 ਵਜੇ ਇਹਦੀ ਸਮਾਪਤੀ ਕਰਨੀ ਆ। ਕੱਲ੍ਹ ਅਸੀਂ ਜਾਣਾ ਸੀ ਅਤੇ ਕੱਲ੍ਹ ਮੀਟਿੰਗ ਆ ਗਈ 3 ਵਜੇ, ਉਹ 7 ਵਜੇ ਤੱਕ ਚੱਲੀ ਗਈ, ਅਤੇ ਇਸ ਕਰਕੇ ਸਾਡੇ ਵਾਸਤੇ ਜ਼ਰੂਰੀ ਸੀ ਇਹ ਵੀ ਮੀਟਿੰਗ ਸੁਣ ਕੇ ਆਈਏ, ਉਹਦਾ ਤੱਤ ਆ ਜਿਹੜਾ ਲੋਕਾਂ ਨੂੰ ਦੱਸੀਏ, ਫਿਰ ਆਪਦਾ ਅਗਲਾ ਚੱਲੀਏ। ਇਹ ਅਸੀਂ ਤੁਹਾਡੇ ਜ਼ਰੀਏ ਇਹ ਸੁਨੇਹਾ ਸਰਕਾਰ ਨੂੰ ਪਹੁੰਚਾਉਂਦੇ ਹਾਂ ਕਿ ਤੁਹਾਡਾ ਵਾਅਦਾ ਕੀਤਾ ਹੈ 30 ਸਤੰਬਰ ਤੱਕ ਦਾ, ਤੁਸੀਂ 30 ਸਤੰਬਰ ਤੱਕ ਜੇ ਸਾਨੂੰ ਇਹ ਦਸਤਾਵੇਜ਼ ਨਾ ਦਿੱਤੀ ਖੇਤੀ ਨੀਤੀ ਵਾਲੀ, ਤਾਂ ਫਿਰ ਅਸੀਂ ਮੀਟਿੰਗ ਕਰਕੇ ਅਗਲਾ ਸਖ਼ਤ ਐਕਸ਼ਨ ਕਰਨ, ਪ੍ਰੋਗਰਾਮ ਕਰਨ 'ਚ ਮਜਬੂਰ ਹੋਣਾ। ਸਰਕਾਰ ਨੇ ਦੇਖੋ ਨਾ ਪੱਕੀ ਤਾਂ ਸਰਕਾਰ ਕਰਦੀ ਨਹੀਂ ਹੁੰਦੀ, ਜਦੋਂ ਕਿਸੇ ਨੇ ਵਾਅਦਾ ਕਰਨਾ ਉਦੋਂ ਹਾਂ ਪੱਕੀ ਹੁੰਦੀ ਹੈ। ਇਹ 'ਚ 2 ਗੱਲਾਂ ਹੁੰਦੀਆਂ ਨੇ ਅਨੰਦਪ੍ਰੀਤ, ਜੇ ਹੁਣ ਖੇਤੀ ਨੀਤੀ ਬਣ ਵੀ ਗਈ ਅਸੀਂ ਬਣਵਾਉਣ 'ਚ ਵੀ ਕਾਮਯਾਬ ਹੋ ਗਏ, ਜ਼ਰੂਰੀ ਨਹੀਂ ਵੀ ਉਹ ਖੇਤੀ ਨੀਤੀ ਸਾਡੇ ਮੁਤਾਬਕ ਬਣੂਗੀ ਜਿਹੀ ਜੀ ਅਸੀਂ ਚਾਹੁੰਦੇ ਹਾਂ। ਖੇਤੀ ਨੀਤੀ ਇਹ ਕਿਹਾ ਜਿਹਾ ਕੁਛ ਲੈ ਕੇ ਆਉਂਦੇ ਨੇ, ਉਹਦੇ ਵਿੱਚ ਬੜੀਆਂ ਤਬਦੀਲੀਆਂ ਦੀ ਸਾਡੀ ਮੰਗ ਹੋਊਗੀ, ਬੜੀਆਂ ਗੱਲਾਂ ਹੋਣਗੀਆਂ ਜਿਨ੍ਹਾਂ 'ਤੇ ਸਾਡੇ ਵੱਡੇ ਰੱਟੇ ਹੋਣਗੇ, ਕਿਉਂਕਿ ਅਸੀਂ ਇੱਥੇ ਕਿਹੜਾ ਇਕੱਲੀ ਜਥੇਬੰਦੀਆਂ, ਪੰਜਾਬ ਦੀਆਂ ਕਿੰਨੀਆਂ ਹੋਰ ਜਥੇਬੰਦੀਆਂ ਨੇ, ਉਹਨਾਂ ਦੀ ਸਹਿਮਤੀ ਨਾਲ, ਸਰਕਾਰ ਦੀ ਸਹਿਮਤੀ ਨਾਲ, ਸਾਡੀ ਸਹਿਮਤੀ ਨਾਲ, ਇਸ ਕਰਕੇ ਅਸੀਂ ਕਿੰਨੀਆਂ ਅਸੀਂ ਆਪਦੀਆਂ ਵੱਧ ਤੋਂ ਵੱਧ ਮੰਗਾਂ ਜਿਹੜੀਆਂ ਵਿੱਚ ਪਵਾ ਸਕਦੇ ਹਾਂ ਜਿਹੜੀਆਂ ਸਾਡੀ ਨੀਤੀ ਨਾਲ ਸਹਿਮਤ ਹੁੰਦੀਆਂ ਨੇ, ਉਹ 'ਤੇ ਅਸੀਂ ਜ਼ੋਰ ਲਵਾਂਗੇ, ਜਿਨ੍ਹਾਂ 'ਤੇ ਇਤਰਾਜ਼ ਹੋਇਆ ਉਹਨਾਂ 'ਤੇ ਅਸੀਂ ਸੰਘਰਸ਼ ਕਰਾਂਗੇ। ਨਹੀਂ ਬਾਹਰ ਤਾਂ ਦੇਖੋ ਮਾਰ ਦੀ ਕਿਸੇ ਦਿਨ ਰਹਿ ਰਹਿਣੀ ਆ, ਉਹ ਤਾਂ ਤੁਸੀਂ ਜੇ ਕੋਈ ਗੱਲ ਕਰਨੀ ਆ ਤਾਂ ਤੁਹਾਡਾ ਬਾਹਰ ਦੇ ਦੀ ਤੁਸੀਂ ਜਿਹਦੀ ਮਰਜ਼ੀ ਰਹਿ ਲਓ, ਉਹ ਤਾਂ ਤੁਹਾਡਾ ਆਪਦਾ ਕੈਰੀਅਰ, ਕਹਿੰਦਾ ਵੀ ਤੁਸੀਂ ਆਪ ਬਣਾ ਸਕਦੇ ਹੋ। ਅਸੀਂ ਵੀ ਜੇ ਸਾਨੂੰ ਕਿਸੇ ਨੂੰ ਸਾਡੀ ਜਥੇਬੰਦੀ ਦੀ ਲੋੜ ਪਵੇ, ਅਸੀਂ ਵੀ ਕਿਸੇ ਇਕਨੋਮਿਕਸ ਮਾਰ ਨੂੰ ਬੁਲਾ ਕੇ ਉਹ ਤੋਂ ਪੁੱਛ ਸਕਦੇ ਹਾਂ ਵੀ ਆਹ ਗੱਲ ਕਿਵੇਂ ਹੁੰਦੀ ਹੈ। ਰਾਏ ਕੋਈ ਕਿਸੇ ਦੀ ਲੈ ਸਕਦਾ, ਇਹ ਤਾਂ ਅਖਤਿਆਰ ਹੀ ਹੈ, ਸਾਡੇ ਮੂਹਰੇ ਤਾਂ ਉਹ ਦਸਤੇ ਵਿੱਚ ਚਾਹੀਦੇ ਆ ਜਿਹਦੀ ਸਾਡਾ ਫਾਇਦਾ ਕਰ। ਦੇਖੋ ਸੈਟਿਸਫਾਈ ਨੂੰ ਤਾਂ ਅਸੀਂ ਤਾਂ ਕਹਿੰਦੇ ਹਾਂ ਵੀ ਜਿਹੜੀ ਇਸ਼ੂ ਨੂੰ, ਮਿਸ਼ਨ ਨੂੰ ਅਸੀਂ ਲੈ ਕੇ ਚੱਲੇ ਸੀ, ਉਹ ਤੁਹਾਨੂੰ ਵੀ ਦਿਸ ਰਿਹਾ ਅਤੇ ਸਾਨੂੰ ਵੀ ਦਿਸ ਰਿਹਾ। ਅਸੀਂ ਉਹ ਮਿਸ਼ਨ 'ਤੇ ਅਸੀਂ ਆਪਣੀ ਜਮਹੂਰੀਅਤ ਦੀ ਬਹਾਲੀ, ਚੰਡੀਗੜ੍ਹ ਦੇ ਵਿੱਚ ਦਾਖਲਾ, ਇੱਥੇ ਪੜਾਅ ਲੈ ਕੇ ਬੈਠਣਾ, ਸੈਸ਼ਨ ਵੱਲ ਮਾਰਚ ਕਰਨਾ, ਆਪਣੀ ਨੀਤੀ ਇੰਟਰੋਡਿਊਸ ਕਰਨਾ ਸੈਸ਼ਨ ਦੌਰਾਨ, ਅਤੇ ਸਰਕਾਰ ਦੇ ਮੂੰਹ 'ਚੋਂ ਕਢਾਉਣਾ ਅਤੇ ਅਖਵਾਉਣਾ, ਅਸੀਂ ਕੰਮ ਕਰਨਾ।